ਮੋਹਨ ਲਾਲ ਤੋਂ ਖਰੀਦੀ ਸੀ ਲਾਟਰੀ ਅਤੇ ਮੋਹਨ ਲਾਲ ਦੀ ਹੀ ਨਿਕਲੀ ਲਾਟਰੀ। ਗਜ਼ਬ ਦੀ ਗੱਲ ਹੈ ਕਿ ਲਾਟਰੀ ਦੇਣ ਵਾਲਾ ਵੀ ਮੋਹਨ ਲਾਲ ਅਤੇ ਲਾਟਰੀ ਜਿੱਤਣ ਵਾਲਾ ਵੀ ਮੋਹਨ ਲਾਲ ਹੈ। ਗੁਰਦਾਸਪੁਰ ਦੇ ਪਿੰਡ ਚੂੜਚੱਕ ਦੇ ਰਹਿਣ ਵਾਲੇ ਮੋਹਨ ਲਾਲ ਦਾ ਨਿਕਲਿਆ 1.5 ਕਰੋੜ ਦਾ ਮਹਾਲਕਸ਼ਮੀ ਦੀਵਾਲੀ ਬੰਪਰ। ਮੋਹਨ ਲਾਲ ਕਾਫੀ ਗਰੀਬ ਪਰਿਵਾਰ ਤੋਂ ਹੈ ਅਤੇ ਪਿੰਡ ਪਿੰਡ ਜਾ ਕੇ ਗਾਰਡਰ ਅਲਮਾਰੀਆਂ ਠੀਕ ਕਰਨ ਦਾ ਕੰਮ ਕਰਦਾ ਹੈ। ਮੋਹਨ ਲਾਲ ਕਈ ਸਾਲਾਂ ਤੋਂ ਲਾਟਰੀ ਬੰਪਰ ਖਰੀਦ ਰਿਹਾ ਸੀ ਪਰ ਉਸਦਾ ਕਦੇ ਵੀ ਲਾਟਰੀ ਟਿਕਟ ਨਹੀਂ ਨਿਕਲਿਆ। ਇਸ ਵਾਰ ਮਹਾਲਕਸ਼ਮੀ ਦੀਵਾਲੀ ਦੀ ਕਿਰਪਾ ਨਾਲ 1.5 ਕਰੋੜ ਰੁਪਏ ਦਾ ਦੀਵਾਲੀ ਬੰਪਰ ਨਿਕਲ ਆਇਆ। ਉਹ ਕਾਫੀ ਖੁਸ਼ ਹੈ ਤੇ ਸਰਕਾਰ ਦਾ ਧੰਨਵਾਦ ਕਰ ਰਿਹਾ। ਜਾਣਕਾਰੀ ਦਿੰਦੇ ਹੋਏ ਲਾਟਰੀ ਸਟਾਲ ਤੇ ਲਾਟਰੀ ਵੇਚਣ ਵਾਲੇ ਮੋਹਨ ਲਾਲ ਨੇ ਦੱਸਿਆ ਕਿ ਮਿਹਨਤ ਮਜ਼ਦੂਰੀ ਕਰਕੇ ਪੇਟ ਪਾਲਣ ਵਾਲਾ ਵਿਅਕਤੀ ਮੋਹਨ ਲਾਲ ਉਸਨੇ ਮਹਾਲਕਸ਼ਮੀ ਦੀਵਾਲੀ ਬੰਪਰ ਲਿਆ ਸੀ। ਪਹਿਲਾਂ ਵੀ ਇਸਨੇ ਕਾਫੀ ਵਾਰ ਲਾਟਰੀ ਲਈ ਪਰ ਇਸਦੀ ਲਾਟਰੀ ਨਹੀਂ ਨਿਕਲੀ, ਪਰ ਇਸ ਵਾਰ 1.5 ਕਰੋੜ ਦੀ ਲਾਟਰੀ ਨਿਕਲੀ ਹੈ ਅਤੇ ਉਹ ਬਹੁਤ ਖੁਸ਼ ਹੈ। ਮੇਰਾ ਨਾਮ ਮੋਹਨ ਲਾਲ ਜੀ, ਦੀਵਾਲੀ ਪੂਜਾ ਬੰਪਰ 6-7 ਤਰੀਕ ਦੇ ਵਿੱਚ ਪਾਇਆ, 2 ਟਿਕਟਾਂ ਪਾਈਆਂ ਨੇ, ਟਿਕਟ 200 ਰੁਪਏ ਦੀ ਭਾਜੀ ਇੱਕ ਆ, 2 ਟਿਕਟਾਂ ਪਾਈਆਂ। ਪਹਿਲਾਂ ਨਾਮ ਦੋਨਾਂ ਨਾਲ 1.5 ਕਰੋੜ ਰੁਪਈਆ, ਇੱਕ ਏ 'ਚ ਨਿਕਲਦਾ, ਇੱਕ ਬੀ 'ਚ ਨਿਕਲਦਾ। ਇਹਨਾਂ ਦੇ 'ਚ ਨਾਮ ਨਿਕਲਿਆ ਜੀ 0-34-493। ਇਹਨਾਂ ਜੀ ਆਪ ਹੀ ਅਖਬਾਰ ਘਰ ਵੇਖੀ ਹੈ, ਮੈਂ ਫੋਨ ਨੰਬਰ ਨੋਟ ਕੀਤਾ ਆਪਣਾ, ਪਰ ਉਹ ਥੋੜ੍ਹਾ ਅੱਗਾ ਪਿਛਾ ਹੋ ਗਿਆ। ਇਹਨਾਂ ਘਰ ਅਖਬਾਰ ਵੇਖੀ ਆ, ਅਖਬਾਰ ਵੇਖ ਕੇ ਘਰ ਆਪਣੇ ਆਪ ਆਏ। ਅਸੀਂ ਲੱਭਣ ਡੇ, ਕੱਲ੍ਹ ਤੱਕ ਮਿਲਿਆ ਨਹੀਂ ਬੰਦਾ, ਤਾਂ ਅੱਜ ਪੁੱਤਰ ਦੀ ਚਲੋ ਪੁਰਾਣੇ ਸਾਡੇ ਗਾਹਕ ਆ ਨੇ, ਕਾਫੀ ਪੱਕੇ ਗਾਹਕ ਨੇ, ਪੁਰਾਣੇ ਗਾਹਕ ਨੇ, ਕਾਫੀ ਪੁਰਾਣੇ ਗਾਹਕ ਨੇ। ਇਹ ਲੈਟਰੀ ਹੋ ਗਿਆ ਜੀ ਮੇਰੇ ਘਰ 'ਚ ਕਾਫੀ ਦਿਨ ਹੋ ਗਿਆ, ਮੇਰੇ ਤੋਂ 15-20 ਦਿਨ ਹੋ ਗਿਆ ਮੇਰੇ ਗੱਲ ਨੂੰ। ਹਾਂਜੀ, ਦੀਵਾਲੀ ਬੰਪਰ ਦੀ ਕਿੱਦਾਂ ਪਤਾ ਲੱਗਿਆ ਤੁਹਾਨੂੰ? ਹਾਂਜੀ, ਸਵੇਰੇ ਜੀ ਦੇਖਿਆ ਜੀ ਇਹ, ਅਤੇ ਸਵੇਰੇ ਦੇਖ ਖਾਰ ਦੇਖੀ ਅਤੇ ਫਿਰ ਚੈੱਕ ਕੀਤਾ ਅਤੇ ਫਿਰ ਆ ਗਿਆ ਜੀ। ਉਸ ਨੇ ਕਹਿਣਾ ਕਿ ਮੇਰਾ ਨਾਮ ਨਿਕਲਿਆ। ਹਾਂਜੀ, ਨਾਮ ਦੱਸਿਆ ਜੀ ਆਪਣਾ ਵੀ ਨਿਕਲਿਆ। ਤੁਹਾਨੂੰ ਖੁਸ਼ੀ ਹੈ ਵੀ ਪਹਿਲਾਂ ਤੁਹਾਡਾ ਕੰਮ ਨਿਕਲਿਆ, ਐਡੀ ਵੱਡੀ ਰਾਸ਼ੀ ਤੁਹਾਨੂੰ ਮਿਲੀ ਹੋਣਾ? ਹਾਂਜੀ, ਖੁਸ਼ੀ ਤਾਂ ਹੁੰਦੀ ਹੈ ਜੀ, ਖੁਸ਼ੀ ਤਾਂ ਹੈ। ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੀ ਹੈ ਜੀ? ਕੁਛ ਜੀ, ਗੁਰਦਾਸਪੁਰ ਤੋਂ ਸਤਵਿੰਦਰ ਸਿੰਘ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।